ਨਵੇਂ ਬਣੇ MP ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਦੇ ਕੋਲੋਂ ਡਰੱਗ ਫੜੀ ਗਈ, ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਮੈਡੀਕਲ ਹੋਇਆ, ਰਿਪੋਰਟ ਪੋਜ਼ਿਟਿਵ ਪਾਈ ਗਈ, ਜਾਣੀ ਕਿ ਨਸ਼ਾ ਕਰਦਾ ਸੀ, ਚਿੱਟਾ ਲਾਉਂਦਾ ਸੀ, ਇਹ ਸਾਬਤ ਹੋ ਚੁੱਕਾ। ਮੀਡੀਆ ਦੇ ਵਿੱਚ ਚਰਚਾ ਛਿੜੀ ਹੋਈ ਹੈ, ਲੈਬ ਕੀਤਾ ਹੋਇਆ ਕਈ ਚੈਨਲਾਂ ਨੇ, ਅਤੇ ਉੱਥੇ ਜਿਹੜੀ ਬਿਆਨਬਾਜ਼ੀ ਹੈ ਇਹ ਹੋ ਰਹੀ ਹੈ ਕਿ ਪੁਲਿਸ ਜਾਂ ਹਕੂਮਤ ਧੱਕਾ ਕਰਦੀ ਹੈ। ਅੰਮ੍ਰਿਤਪਾਲ ਦੀ ਕਿਰਦਾਰ ਕੁਸ਼ੀ ਕਰਨ ਵਾਸਤੇ ਸਰਕਾਰ ਇਹ ਤਾਣਾ ਬਾਣਾ ਬੁਣ ਰਹੀ ਹੈ, ਇਹ ਕਿਹਾ ਜਾ ਰਿਹਾ। ਮੈਂ ਇੱਕ ਬੇਨਤੀ ਕਰਦਾ, ਅੰਮ੍ਰਿਤਪਾਲ ਦੀ ਮੁਹਿੰਮ ਵਿੱਚੋਂ ਕੁਝ ਭੇਡਾਂ ਭੱਜ ਕੇ ਆਸਟ੍ਰੇਲੀਆ ਗਈਆਂ ਸੀ ਅਤੇ ਉਹਨਾਂ ਨੇ ਪੋਸਟਾਂ ਪਾ ਕੇ ਮੈਨੂੰ ਸ਼ੇਅਰ ਕੀਤਾ ਸੀ ਕਿ ਅੰਮ੍ਰਿਤਪਾਲ ਦਾ ਭਰਾ ਡਰੱਗ ਦਾ ਨਸ਼ਾ ਕਰਦਾ ਹੈ, ਅਤੇ ਮੈਂ ਵੀਡੀਓ ਵੀ ਪਾਈ ਸੀ ਬਹੁਤ ਸਮਾਂ ਪਹਿਲਾਂ, ਜਦੋਂ ਅੰਮ੍ਰਿਤਪਾਲ ਬਹੀਰ ਲੈ ਕੇ ਨਗਰ ਕੀਰਤਨ ਕਰਦਾ ਸੀ। ਔਰ ਮੈਂ ਇਹ ਵੀ ਕਿਹਾ ਸੀ ਕਿ ਇਹਦੀ ਮੁਹਿੰਮ ਦੇ ਵਿੱਚ, ਭੀੜ ਦੇ ਵਿੱਚ 90% ਨਸ਼ੇੜੀ ਲੋਕ ਨੇ। ਤੁਸੀਂ ਅੰਦਾਜ਼ਾ ਲਾਓ, ਜਿਹੜਾ ਅੰਮ੍ਰਿਤਪਾਲ ਕਹਿੰਦਾ ਸੀ ਮੈਂ ਨਸ਼ੇ ਛਡਾ ਰਿਹਾ, ਜਿਹੜੀਆਂ ਭੇਡਾਂ ਕਹਿੰਦੀਆਂ ਸੀ ਅੰਮ੍ਰਿਤਪਾਲ ਮਾੜਾ ਕੀ ਕਰਦਾ, ਅੰਮ੍ਰਿਤਪਾਲ ਨਸ਼ੇ ਛਡਾ ਰਿਹਾ, ਅਤੇ ਉਹਦਾ ਭਰਾ ਉਹਦੇ ਆਪਣੇ ਘਰ ਦੇ ਵਿੱਚ ਨਸ਼ਾ ਕਰ ਰਿਹਾ, ਉਹਨੂੰ ਪਤਾ ਨਹੀਂ? ਇਹ ਸਭ ਕੁਝ ਪਤਾ ਸੀ, ਨਸ਼ੇ ਦੀ ਤਸਕਰੀ ਵੀ ਹੋਈ ਹੈ, ਇਹ ਵੀ ਸੱਚਾਈ ਹੈ। ਅਤੇ ਹੁਣ ਪੁਲਿਸ ਨੇ ਰੰਗੇ ਹੱਥੀਂ ਫੜਿਆ। ਮੈਂ ਇੱਕ ਬੇਨਤੀ ਕਰਨੀ ਹੈ, ਜਿਹੜੇ ਸ਼ਬਦ ਮੈਂ ਵਰਤਦਾ ਨਾ, ਮੇਰਾ ਜੀ ਨਹੀਂ ਕਰਦਾ ਵਰਤਣ ਨੂੰ। ਮੈਂ ਇੱਕ ਬਾਣੀ ਪੜ੍ਹਨ ਵਾਲਾ ਬੰਦਾ, ਔਰ ਇਹ ਜਿਹੜੇ ਸ਼ਬਦ ਮੈਂ ਵਰਤਦਾ ਅਤੇ ਇਹ ਲੋਕ ਮੈਨੂੰ ਹੁਣ ਕਹਿਣਾ ਵੀ ਸ਼ੁਰੂ ਕਰ ਦਿੱਤਾ ਕਿ ਤੁਸੀਂ ਸਹੀ ਵਰਤਦੇ ਹੋ, ਜਿਹੜੇ ਸਮਝਦਾਰ ਨੇ। ਕਿਹੜੇ ਸ਼ਬਦ ਨੇ ਉਹ? ਸਭ ਤੋਂ ਪਹਿਲਾਂ ਸ਼ਬਦ ਵਰਤਦਾ ਮੈਂ ਭੀੜ। ਕਿ ਹੁਣ ਜਿਹੜੇ ਬੰਦੇ ਹਲੇ ਵੀ ਕਹਿੰਦੇ ਆ ਕਿ ਹਕੂਮਤ ਧੱਕਾ ਕਰਦੀ ਹੈ, ਅੰਮ੍ਰਿਤਪਾਲ ਦੀ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਹੈ, ਮੈਡੀਕਲ ਹੋ ਗਿਆ ਯਾਰ, ਸਾਬਤ ਕਰ ਦਿੱਤਾ, ਅਤੇ ਜੇ ਤੁਸੀਂ ਹਲੇ ਵੀ ਯਕੀਨ ਨਹੀਂ ਕਰਦੇ ਤਾਂ ਤੁਹਾਨੂੰ ਭੇਡਾਂ ਨਾ ਕਹੀਏ, ਹੋਰ ਕੀ ਕਹੀਏ, ਦੱਸੋ ਮੈਨੂੰ। ਮੀਡੀਆ ਦੇ ਵਿੱਚ ਵੱਡੇ ਵੱਡੇ ਬਿਆਨ ਸਾਹਮਣੇ ਆ ਰਹੇ ਨੇ, ਉਹਦੇ ਪਿਓ ਨੂੰ ਲੈਬ ਕਰ ਲਿਆ, ਨਹੀਂ ਜੀ ਹਲੇ ਕੋਈ ਸਾਬਤ ਨਹੀਂ ਹੋਇਆ। ਵੀਡੀਓਗ੍ਰਾਫੀ ਵੀ ਕੀਤੀ ਹੈ, ਜਿਹੜੀ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਨਾ, ਜਿਸ ਵਕਤ ਉਹਨੂੰ ਗ੍ਰਿਫਤਾਰ ਕੀਤਾ ਉਹਦੇ ਕੋਲ ਕਿੰਨਾ ਨਸ਼ਾ ਸੀ, ਡਰੱਗ ਕਿੰਨੀ ਸੀ, ਇਹ ਸਾਬਤ ਕਰਨਾ ਹਲੇ ਬਾਕੀ ਹੈ। ਪਰ ਵੀਡੀਓਗ੍ਰਾਫੀ ਦੇ ਵਿੱਚ ਉਹਦੇ ਕੋਲੋਂ ਡਰੱਗ ਫੜੇਗੀ, ਇਹ ਸਾਬਤ ਕਰ ਦਿੱਤਾ, ਇਹ ਸੱਚਾਈ ਹੈ। ਅਤੇ ਹੁਣ ਜਿਹੜਾ ਅੰਮ੍ਰਿਤਪਾਲ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੈਠਾ, ਤਕਰੀਬਨ ਦਿਮਾਗ ਦੇ ਵਿੱਚ ਤਾਂ ਇਹੀ ਚੱਲਦਾ ਹੋਣਾ ਨਾ ਵੀ ਕਦੋਂ ਬਾਹਰ ਜਾਵਾਂ, ਦੋ ਪਾਇਲਟ ਜਿਪਸੀਆਂ ਅੱਗੇ ਪਿੱਛੇ ਹੋਣ, ਤਾਮ ਜਾਮ ਹੋਵੇ ਵਧੀਆ, ਲੋਕਾਂ ਵਿੱਚ ਬੱਲੇ ਬੱਲੇ ਹੋਵੇ। ਪਰ ਜਿਹੜੀ ਆ ਸਿਰ 'ਚ ਸਵਾਹ ਪੈ ਰਹੀ ਹੈ, ਇਹ ਕਿਤੋਂ ਬਾਹਰੋਂ ਨਹੀਂ, ਇਹ ਘਰੋਂ ਪੈ ਰਹੀ ਹੈ। ਜਿਹੜੇ ਲੋਕਾਂ ਨੂੰ ਲੋਲੀਪੋਪ ਦਿੱਤਾ ਸੀ ਨਾ ਕਿ ਮੈਂ ਨਸ਼ੇ ਛਡਾ ਰਿਹਾ,
ਮੈਂ ਅੰਮ੍ਰਿਤ ਛਕਾ ਰਿਹਾ ਅਤੇ ਕੀ ਆਪਣੇ ਭਰਾ ਬਾਰੇ ਪਤਾ ਨਹੀਂ ਸੀ? ਮੈਂ ਪਹਿਲਾਂ ਵੀ ਕਿਹਾ ਸੀ, ਅੱਜ ਵੀ ਕਹਿਣਾ, ਅੰਮ੍ਰਿਤਪਾਲ ਦੇ ਪਿੱਛੇ ਤੁਰਨ ਵਾਲੀਆਂ ਭੇਡਾਂ ਦੇ ਵਿੱਚੋਂ 90% ਨਸ਼ੇੜੀ ਸੀ ਅਤੇ ਜਿਨ੍ਹਾਂ ਨੇ ਜਿਤਾਇਆ ਅਤੇ ਉਹਨਾਂ ਦੇ ਵਿੱਚੋਂ ਵੀ ਬਹੁਤ ਵੱਡਾ ਹਿੱਸਾ ਨਸ਼ੇੜੀਆਂ ਦਾ ਸੀ ਜਿਨ੍ਹਾਂ ਨੇ MP ਬਣਾਇਆ। ਇਹ ਸੱਚਾਈ ਹੈ। ਮੈਂ ਬੇਨਤੀ ਇੱਕ ਹੋਰ ਕਰਨੀ ਹੈ। ਪੰਜਾਬ ਗੁਰਾਂ ਦੇ ਨਾਂ 'ਤੇ ਵੱਸਦਾ, ਪ੍ਰੋਫੈਸਰ ਪੂਰਨ ਸਿੰਘ ਨੇ ਜ਼ਿਕਰ ਕੀਤਾ ਹੋਇਆ, ਇਹ ਸੱਚ ਹੈ ਬਹੁਤ ਵੱਡਾ, ਕਿ ਜਿਹੜੇ ਬੰਦੇ ਇਹ ਸ਼ਬਦ ਵਰਤਦੇ ਨੇ ਜਾਂ ਜਿਨ੍ਹਾਂ ਨੇ ਬਾਣੀ ਦੇ ਸ਼ਬਦਾਂ ਦਾ ਗਲਤ ਇਸਤੇਮਾਲ ਕੀਤਾ ਆਪਣੀ ਬੱਲੇ ਬੱਲੇ ਕਰਾਉਣ ਦੇ ਲਈ, ਲੋਕਾਂ ਦੇ ਵਿੱਚ ਚਰਚਾਵਾਂ ਛੇੜਨ ਦੇ ਲਈ, ਸ਼ਬਦਾਂ ਦੀ ਚੋਣ ਕਰਕੇ ਉਹ ਸ਼ਬਦ ਵਾਰ ਵਾਰ ਰਿਪੀਟ ਕੀਤੇ ਗਏ, 125,000 ਸੇ ਏਕ ਲੜਾਊਂ ਤਵੈ ਗੋਬਿੰਦ ਸਿੰਘ ਨਾਮ ਕਹਾਊਂ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਅਤੇ ਜਾਂ ਕਿਆ ਜਾਣਾ ਕਿ ਮਰੇਂਗੇ ਕੈਸਾ ਮਰਨਾ ਹੋਏ, ਇਹ ਸ਼ਬਦ ਵਰਤੇ ਨਹੀਂ ਗਏ। ਗਗਨ ਦਮਾਮਾ ਬਾਜਿਓ ਪਰੈ ਨਿਸ਼ਾਨਾ ਕਹਾਓ, ਇਹ ਸ਼ਬਦ ਵਰਤੇ ਨਹੀਂ ਗਏ। ਜਿਵੇਂ ਭਿੰਡਰਾਂ ਵਾਲੇ ਨੇ ਫੁਕਰੀਆਂ ਮਾਰੀਆਂ ਸੀ ਅਤੇ ਉੱਦਾਂ ਹੀ ਫੁਕਰੀਆਂ ਮਾਰੀਆਂ ਨਹੀਂ ਗਈਆਂ। ਕਮਾਲ ਹੋ ਗਈ ਯਾਰ, ਲੋਕਾਂ ਦੇ ਨਸ਼ੇ ਛੜਾ ਰਹੇ ਹੋ ਤੁਸੀਂ, ਤੁਹਾਡੇ ਆਪਣੇ ਘਰ ਦੇ ਵਿੱਚ ਸ਼ਰੇਆਮ ਤੁਹਾਡਾ ਭਰਾ ਨਸ਼ਾ ਕਰ ਰਿਹਾ, ਉਹ ਵੀ ਡਰੱਗ ਦਾ। ਕੀ ਇਹ ਲੋਲੀਪੋਪ ਨਹੀਂ ਸੀ? ਜਦੋਂ ਵੀ ਕਿਸੇ ਨੂੰ ਸਵਾਲ ਕੀਤਾ ਆ ਵੱਡੇ ਵੱਡੇ ਪੱਤਰਕਾਰ, ਤਾਂਹੀਓ ਮੈਂ ਦਲਾਲ ਮੀਡੀਆ ਕਹਿੰਦਾ ਹੁੰਦਾ, ਇਹਨਾਂ ਨੇ ਕਿਸੇ ਦੀ ਗੱਲ ਹੀ ਨਹੀਂ ਸੁਣੀ। ਨਹੀਂ ਜੀ, ਅੰਮ੍ਰਿਤਪਾਲ ਨਸ਼ੇ ਛੜਾ ਰਿਹਾ, ਅੰਮ੍ਰਿਤਪਾਲ ਤਾਂ ਅੰਮ੍ਰਿਤ ਛਕਾ ਰਿਹਾ, ਪੰਜਾਬ ਦੀ ਜਵਾਨੀ ਨੂੰ ਸੰਭਾਲ ਰਿਹਾ, ਪੰਜਾਬ ਦਾ ਮਾਹੌਲ ਅੰਮ੍ਰਿਤਪਾਲ ਵਧੀਆ ਬਣਾ ਰਿਹਾ, ਅਸੀਂ ਗੁਲਾਮ ਹਾਂ, ਅੰਮ੍ਰਿਤਪਾਲ ਤਾਂ ਸਾਨੂੰ ਆਜ਼ਾਦੀ ਦਿਵਾ ਰਿਹਾ। ਇਹੋ ਜੀ ਆਜ਼ਾਦੀ ਨਾਲੋਂ ਰੱਜੇ ਤਿਹਾਏ, ਜਿਹੜੀ ਆਜ਼ਾਦੀ ਦੇ ਵਿੱਚ ਸ਼ਰੇਆਮ ਡਰੱਗ ਵਿਕਦੀ ਹੈ ਔਰ ਜਿਹੜੇ ਆਜ਼ਾਦੀ ਦਬਾਉਣ ਵਾਲਿਆਂ ਦੇ ਪਰਿਵਾਰਾਂ ਵਿੱਚ ਡਰੱਗ ਚੱਲਦੀ ਹੈ, ਅਤੇ ਹੁਣ ਪਤਾ ਲੱਗੂ ਕਿਹੜੇ ਭਾਅ ਵਿਕਦੀ ਹੈ। ਪਰ ਭੇਡਾਂ ਨੂੰ ਜਿੰਨਾ ਮਰਜ਼ੀ ਸਮਝਾ ਲਓ, ਹਕੂਮਤ ਅਤੇ ਕਿਰਦਾਰ ਕੁਸ਼ੀ, ਬਸ ਇਹ ਕਹਿ ਕੇ ਰੌਲਾ ਪਾਉਣਾ ਹੁੰਦਾ, ਪਾਈ ਚੱਲੋ। ਮੈਂ ਹਿੱਕ ਠੋਕ ਕੇ ਕਿਹਾ ਸੀ ਕਿ ਅੰਮ੍ਰਿਤਪਾਲ ਦੀ ਭੀੜ ਵਿੱਚ ਬਹੁਤੇ ਨਸ਼ੇੜੀ ਨੇ, ਇਹ ਸੱਚਾਈ ਹੈ। ਜਿਹੜੇ ਜੇਲ੍ਹ ਵਿੱਚ ਬੈਠੇ ਨੇ ਉਹਦੇ ਸਾਥੀ, ਉਹਨਾਂ ਵਿੱਚੋਂ 8 ਬੰਦੇ ਘੱਟੋ ਘੱਟ ਨਸ਼ਾ ਕਰਦੇ ਆ, ਘੱਟੋ ਘੱਟ 8 ਬੰਦੇ ਉਹਨਾਂ ਵਿੱਚੋਂ ਨਸ਼ਾ ਕਰਦੇ ਨੇ ਜਿਹੜੇ ਜੇਲ੍ਹ ਵਿੱਚ ਬੈਠੇ ਨੇ ਡਿਬਰੂਗੜ੍ਹ ਦੇ ਵਿੱਚ। ਸੱਚਾਈ ਹੈ ਇਹ। ਪਰ ਅਸੀਂ ਭੇਡਾਂ ਦੀ ਤਰ੍ਹਾਂ ਵਿਆਹ ਵਿਆਹ ਕਰੀ ਜਾਣਾ, ਜੇ ਕੋਈ ਗੱਲ ਸਮਝਾਵੇ ਸਮਝਣੀ ਨਹੀਂ, ਰੌਲਾ ਪਾਉਣਾ ਹੁੰਦਾ, ਪਾਈ ਚੱਲੋ। ਪਹਿਲਾਂ ਬੇੜਾ ਬਹਾਤਾ ਪੰਜਾਬ ਦਾ, ਹੁਣ ਫੇਰ ਬਹਾ ਦਿਓ। ਹੁਣ ਇੱਕ ਹੋਰ ਗੱਲ ਕਹਿਣੀ ਹੈ, ਸੁਣ ਲਿਓ ਧਿਆਨ ਦੇ ਨਾਲ। ਹੁਣ ਇਹਨੂੰ ਸਜ਼ਾ ਹੋਣੀ ਹੈ, 5-7 ਮਹੀਨਿਆਂ ਦੀ ਹੋਊਗੀ, ਅਤੇ ਹੁਣ ਬਾਅਦ ਦੇ ਵਿੱਚ ਫਿਰ ਪਤਾ ਕੀ ਕਰਨਾ, ਫਿਰ ਚੋਣ ਲੜਾਉਣ ਵਾਸਤੇ, ਇਲੈਕਸ਼ਨ ਲੜਾਉਣ ਵਾਸਤੇ ਫਿਰ ਭੇਡਾਂ ਇਕੱਠੀਆਂ ਹੋ ਜਾਓ। ਕਿਉਂਕਿ ਵਧੀਆ ਟ੍ਰੈਂਡ ਹੈ ਕਿਸੇ ਬੰਦੇ ਨੂੰ ਜੇਲ੍ਹ ਵਿੱਚੋਂ ਬਾਹਰ ਕਢਾਉਣਾ, ਰੌਲਾ ਪਾ ਕੇ ਲਾਲਾ ਲਾਲਾ ਕਰਕੇ, ਇਹ ਵਧੀਆ ਟ੍ਰੈਂਡ ਹੈ। ਕੋਈ ਨਾ ਕੋਈ ਬੁੱਢਾ MP ਮਰ ਜੂ ਜਾਂ ਕੋਈ MLA ਮਰ ਜੂ,
ਉਹਦੀ ਥਾਂ 'ਤੇ ਜਿਮਨੀ ਚੋਲ ਨੂੰ ਦੁਬਾਰਾ ਫੇਰ ਲੜਾ ਲਿਓ। ਇਹ ਅੰਮ੍ਰਿਤਪਾਲ ਦਾ ਭਰਾ ਹੈ ਜੀ, ਇਹ ਸੂਰਮੇ ਦਾ ਭਰਾ ਹੈ ਜੀ, ਇਹ ਖਾਲਸਾ ਮੂਵਮੈਂਟ ਦਾ ਜਾਂ ਖਾਲਿਸਤਾਨ ਦੇ ਪ੍ਰਧਾਨ ਮੰਤਰੀ ਅੰਮ੍ਰਿਤਪਾਲ ਦਾ ਭਰਾ ਹੈ ਜੀ, ਇਹ ਆਜ਼ਾਦੀ ਘੁਲਾਟੀ ਦਾ ਭਰਾ ਹੈ ਜੀ ਹਰਪ੍ਰੀਤ, ਇਹਨੂੰ ਜੇਲ੍ਹ 'ਚੋਂ ਬਾਹਰ ਕਢਾਓ ਜੀ, ਇਹ ਇਲਜ਼ਾਮ ਲਾਇਆ ਸੀ ਜੀ ਅਤੇ ਇਹ ਹਕੂਮਤ ਨੇ ਧੱਕਾ ਕੀਤਾ ਸੀ ਜੀ, ਇਹਨੂੰ ਬਾਹਰ ਕਢਾਓ, ਇਹੀ ਭੌਂਕਣਾ ਹੁੰਦਾ, ਦੁਬਾਰੇ ਫਿਰ ਭੌਂਕ ਲਿਓ। ਪਰ ਸੱਚਾਈ ਹੈ ਮਿੱਤਰੋ, ਜਿਹੜੀ ਗੱਲ ਹਿੱਕ ਟੋਕ ਕੇ ਕਹੀ ਸੀ ਨਾ, ਉਹ ਸੱਚ ਸਾਬਤ ਹੋਈ ਹੈ। ਹੁਣ ਉਹਨੂੰ ਸਾਬਤ ਕਰਤਾ ਕਿ ਉਹ ਨਸ਼ਾ ਕਰਦਾ ਸੀ। ਜੇ ਹਲੇ ਵੀ ਕਿਸੇ ਦੀ ਧੌਣ ਵਿੱਚ ਕਿੱਲਾ ਹੋਵੇ, ਮੈਂ ਇੰਡੀਆ ਛੱਡ ਕੇ ਚਲਾ ਜਾਊਂ, ਦੁਬਾਰਾ ਫਿਰ ਉਹਦਾ ਡਾਕਟਰ ਟੈਸਟ ਕਰਾਵਾਂਗੇ, ਮੈਡੀਕਲ ਕਰਾਵਾਂਗੇ, ਜੇ ਹਲੇ ਵੀ ਕਿਸੇ ਦੀ ਧੌਣ ਵਿੱਚ ਕਿੱਲਾ ਹੋਇਆ, ਇਹ ਸਾਬਤ ਕਰਕੇ ਦਿਖਾਊਂ।